असल जी मैं मोहम्मद तालब चौहान अमाना डॉट कॉम ने प्लेटफॉर्म एक और इनताई जबरदस्त प्रोजेक्ट ने बारे इंफॉर्मेशन की हाजिर हो जी जड़ा प्रोजेक्ट ना सिर्फ़ इस्लामाबाद ने श्रीनगर हाईवे ने फेसिंग से वाकया है बल्कि उसने नाल, नाल इस्लाबाद इंटरैशनल एयरपोर्ट और मोटरवे एम टू सू बिल्कुल करीब वाकया है और उसने एक और खास गल यही है कि इस्लामाबाद ने जी सबसू लगजियस क्लास सोसायटी बनी पी एटीन उसने अंदर वाकया और इस्लाबाद ने सबसू टालस बिल्डिंग बनने जा रही है जी ਜੀ ਹਾਂ ਜਿਸ ਪ੍ਰੋਜੈਕਟ ਨੇ ਬਾਰੇ ਜਮ ਦੱਸਣਾ ਪਿਆ ਜੀ ਉਹ ਪ੍ਰੋਜੈਕਟ ਨਾ ਜੀ ਕੇਬੀ ਡੇਟਾ ਵੇ ਕੇਬੀ ਡੇਟਾ ਵੇ ਜੜੀਏ 18 ਦੇ ਅੰਦਰ ਬਣਨੇ ਵਾਲੀ ਇੱਕ ਲੱਜਸ ਕਲਾਸ ਸੋਸਾਇਟੀ ਸੋਰੀ ਪ੍ਰੋਜੈਕਟ ਔਰ ਉਸਨੇ ਅੰਦਰ ਅੰਦਰ ਸਬਸਟ ਟਾਲੈਸਟ ਬਿਲਡਿੰਗ ਬਣਨੇ ਵਾਲੀ ਬਣਨੇ ਜਾ ਰਹੀ ਜੀ ਔਰ ਇਸ ਤਰ੍ਹਾਂ ਜਿਹੜਾ ਗਰਾਊਂਡ ਫਲੋਰ ਹੈ ਔਰ ਰਿਜ਼ਰਵਡ ਹੈ ਜੀ ਸ਼ਾਪਿੰਗ ਔਰ ਅਦਰ ਕਮਰਸ਼ੀਅਲ ਐਕਟੀਵਿਟੀਜ਼ ਮਾਰੇ ਹੋ ਔਰ ਸਨਲ ਨਾ ਨਾ ਬਾਕੀ ਜਿਹੜਾ 1 ਪਲਸ 9 1 ਸੇ ਲੈ ਕੇ 9 ਫਲੋਰ ਜਿਤਨੇ ਵੀ ਉਸਨੇ ਫਲੋਰ ਹੈ ਜੀ ਉਹ ਸਾਰੇ ਕਾਰਪੋਰੇਟ ਲੈਵਲ ਦੇ ਆਫਿਸਿਸ ਮਾਰੇ ਹੋ डिजाइन किए गए जी के बी डी टावर जरा ना उसने बिचा बेसिक एम ही कि जड़ा ना जो लोग अपना कारपोरेट लेवल ना प्रोफेसनल किस्म ना ऑफिस सैट करना चाहें और बिल्कुल इस्लामाबाद इंटरनेशनल एयरपोर्ट ने बिल्कुल नज़दीक और ना ना इस्लामाबाद ने जड़े जितने भी मेजर स्पॉट्स है उन्होंने नज़दीक और प्राइम लोकेशन पर अपना जो ऑफिस सैट करना चाहें उन्होंने मारे एक प्रॉपर कार्पोरेट लेवल नहीं बिल्डिंग होनी चाहिए जी तो वो बिल्डिंग केबीडी टावर बननी पी जी सिर्फ जितने टोटल ऑफिस होलोर ग्राउंड फ्लोर रिजर्व किया गया सिर्फ इसमें उन्होंने कमर्शियल एक्टिविटीज मारे हूँ अगर अगर केबडी टावर ने एग्जैक्ट लोकेशन ने बारे दसने की कोशिश करा तो केबडी टावर है न, बिल्कुल इस्लाबाद नहीं सोसाइटी बननी पी श्रीनगर हाईवे एटीन उसने अंदर वाकई है जी ठीक है और जड़ा मोटरवे एम टू टोटल तीन किलोमीटर नहीं मुसाफत पर और इस्लामाबाद इंटरनेशनल एयरपोर्ट टोटल 11 किलोमीटर ਨਹੀਂ ਮਸਾਫਾ ਦਾ ਪਰਾ ਇਸ ਨੇ ਨਾਲ ਨਾਲ ਜਿਹੜੀ ਤੁਸਾਂ ਦੀ ਫੈਸਲ ਮਾਸਕੀ ਉਸਨੇ ਟੋਟਲ 45 ਮਿੰਟ ਦੇ ਅੰਦਰ ਅੰਦਰ ਤੁਸਾਂ ਜਿਹੜਾ ਕੇਬੀਡੀ ਟਾਵਰ ਪਹੁੰਚ ਸਕਦੇ ਹੋ ਇਸ ਨੇ ਨਾਲ ਨਾਲ ਜਿਤਨੇ ਵੀ ਇਸਲਾਮਾਬਾਦ ਨੇ ਮੇਨ ਸਪੋਰਟਸ ਉਹ ਵਿਦਨ 45 ਮਿੰਟ ਨੇ ਰੇਡੀਅਸ ਵਿੱਚ ਵਾਕਿਆ ਹੈ ਕੇਬੀਡੀ ਟਾਵਰ ਹੈ ਜੀ ਕੇਬੀਡੀ ਟਾਵਰ ਜਿਹੜਾ ਜੀ 18 ਦੇ ਅੰਦਰ ਜਿਹੜਾ ਕਮਰਸ਼ੀਅਲ ਖੱਬ ਬਨਾ ਪਿਆ ਦੀ ਕੋਰ ਉਸਨੀ ਜਿਹੜੀ ਉਸਨੇ ਅੰਦਰ ਬਿਲਡ ਹੋਣਾ ਪਿਆ ਜੀ ਔਰ ਦੀ ਕੋਰ ਦੇ ਅੰਦਰ ਸਭ ਤੋਂ ਟਾਲੈਸਟ ਬਿਲਡਿੰਗ ਬੰਨੀ ਵੀ ਕੇਬੀਡੀ ਟਾਵਰ ਨੇ ਨਾਲ ਨਾਲ ਜਿਸ ਨਾਲ ਜਿਹੜਾ ਓਨਰ ਹੈ ਜਿਸ ਨੇ ਜਿਹੜੇ ਕੰਪਨੀ ਓਨਰ ਕੰਪਨੀ ਹੈ ਕੈਪੀਟਲ ਬਿਲਡਰਸ ਜਿਹੜੇ ਨਾ ਜਿਨ੍ਹਾਂ ਦਾ ਮਾਟੋ ਹੈ ਆ ਕਿ ਡਾਈਨ ਸ਼ਾਪ ਐਂਡ ਵਰਕ ਮਤਲਬ ਉਹ ਤੁਸੀਂ ਇੱਕ ਪਲੇਸ ਆ ਪਰ ਇਹ ਤੁਸੀਂ ਪ੍ਰੋਫੈਸ਼ਨਲ ਲੈਵਲ ਨੇ ਕਾਰਪੋਰੇਟ ਆਫਿਸਿਸ ਉਸ ਦੇ ਨਾਲ ਨਾਲ ਵਰਕਿੰਗ এনਵਾਇਰਨਮੈਂਟ ਨੇ ਨਾਲ ਨਾਲ ਤੁਸੀਂ ਸ਼ਾਪਿੰਗ এনਵਾਇਰਨਮੈਂਟ ਉਸ ਦੇ ਨਾਲ ਨਾਲ ਤੁਸੀਂ ਡਾਈਨਿੰਗ ਫੈਸਿਲਿਟੀਜ਼ ਪ੍ਰੋਵਾਈਡ ਕਰਨੇ ना जरा उन्होंने माटो आ उसने पर अमल पे रहा है जी हूँ अगर मैं केपी टी टावर ने जो बिल्डर्स है उन्होंने तरफों जी केपी टी टावर ने अंदर एमिनटीज और फैसलिटीज़ जी प्रोवाइड की जा सक उसने बारे अगर दसा तो के पी टावर ने अंदर टोटल समार्ट लेवल ने समार्ट ऑफिसि प्रोवाइड किए जा सक इसने जो अंदर तो ऑफिस ने एटमोसफेयर है वो कलाइमेट कंट्रोल जो एटमोसफेयर डिजाइन किया गया विद द हेल्प ऑफ एडवास टैक्नोलॉजी इसने जनाब इस ऑफिस इस लोकेशन की इस तरह चूज़ किया गया कि इसने ऑफिसना जो व्यू ਉਹ ਟੋਟਲ ਹਰ ਤਰਫ ਤੋਂ ਲਸ਼ ਗ੍ਰੀਨ ਕਿਸਮ ਦਾ 뷰 ਐਸੀ ਇੱਕ ਸਾਈਡ ਤੋਂ ਸਾਡੀ ਟੋਟਲ ਗੋਲਫ ਕੋਰਸ ਦਾ 뷰 ਪਰੋਵਾਈਡ ਕੀਤਾ ਜਾਂ ਸੀ ਔਰ ਦੂਈ ਸਾਈਡ ਟੋਟਲ ਲਸ਼ ਕਰੀਨ ਕਿਸਮ ਦੀ এনवायरमेंट ਦਾ ਵੀਊ ਪ੍ਰੋਵਾਈਡ ਕੀਤਾ ਜਾਂ ਸੀ ਤਾਂ ਕਿ ਤੁਸਾਂ ਨੇ ਆਫਿਸ ਨਹੀਂ ਜਿਹੜੀ ਵਰਕਿੰਗ এনवायरमेंट ਹੀ ਉਹ ਬਿਲਕੁਲ ਪੀਸਫੁੱਲ ਰਹੇ ਔਰ ਲੋਕ ਜਿਹੜੇ ਮਤਮਨ ਹੋ ਕੇ ਤੁਸਾਂ ਨੇ ਆਫਿਸ ਵਿੱਚ ਕੰਮ ਕਰੀ ਸਕਣ ਇਸ ਨੇ ਨਾਲ ਨਾਲ ਟੋਟਲ ਜਿਹੜਾ ਨਾ 100% ਬੈਕਅਪ ਔਰ ਪਾਵਰ ਸਪਲਾਈ ਦਾ ਨਿਜ਼ਾਮ ਇਹ ਪ੍ਰੋਵਾਈਡ ਕਰਸਣ ਜੀ ਸਿਕਿਉਰਟੀ ਔਰ ਸਰਵੇਲੈਂਸ ਦਾ ਨਿਜ਼ਾਮ ਵੀ ਪ੍ਰੋਵਾਈਡ ਕਰਸਣ ਅੰਡਰਗਰਾਉਂਡ EMPLOYEES ਮਾਰੇ ਹੋ ਡੈਡੀਕੇਟਿਡ ਪਾਰਕਿੰਗ ਵੀ ਪ੍ਰੋਵਾਈਡ ਕਰਨੇ ਪਏ ਇਸ ਨੇ ਨਾਲ ਨਾਲ ਤੁਸਾਂ ਕੀ ਜਨਾਬ ਹੈ ਔਰ ਵੀ ਬਹੁਤ ਸਾਰੀਆਂ ਫੈਸਿਲਿਟੀਜ਼ ਪ੍ਰੋਵਾਈਡ ਕਰਨੇ ਪਏ ਜਿਸ ਨੇ ਵੀ ਤੁਸਾਂ ਨੇ ਜਨਾਬ ਤਮਾਮ ਬੇਸਿਕ ਨੀਡਸ ਉਸ ਤੋਂ ਬਾਅਦ ਤੁਸਾਂ ਨੇ ਫਾਇਰ ਮੈਨੇਜਮੈਂਟ ਸਿਸਟਮ ਔਰ ਇਸ ਨੇ ਨਾਲ ਨਾਲ ਹਰ ਉਹ ਬੇਸਿਕ ਜਿਹੜੀ ਟੈਕਨੋਲੋਜੀ ਜਿਹੜੀ ਕਿ ਇੱਕ ਆਫਿਸ ਦੀ ਲਾਜ਼ਮੀ ਹੋਣੀ ਚਾਹੀਨੀ ਉਹ ਇਹ ਪ੍ਰੋਵਾਈਡ ਕਰਨੇ ਪਏ ਜੀ ਅਗਰ ਮੈਂ ਤੁਸਾਂ ਇੱਕ ਕੇਬੀਡੀ ਟਾਵਰ ਨੇ ਡਿਵੈਲਪਰਸ ਨੇ ਬਾਰੇ ਜੇ ਅਗਰ ਇਨਫੋਰਮੇਸ਼ਨ ਦਿਆਂ ਤਾਂ ਕੇਬੀਡੀ ਟਾਵਰ ਨੇ ਜੇ ਡਿਵੈਲਪਰ ਹੈ ਇੰਤਾਈ ਜਾਣੇ ਪਛਾਨੇ ਨਾ ਹੈ ਮਾਰਕੀਟ ਦੇ ਅੰਦਰ ਜੀ ਜਿੰਨਾ ਨਾ ਹੈ ਜੀ ਕੋਈ ਸਥਾਨ ਡਿਵੈਲਪਰਸ ਐਂਡ ਬਿਲਡਰਸ ਠੀਕ ਹੈ ਉਹਨਾਂ ਨਾਲ ਇੱਕ ਪਰ ਮਾਰਕੀਟ ਨੇ ਅੰਦਰ ਨਾ ਤੁਸੀਂ ਆਪੂ ਵੀ ਸਰਚ ਕਰ ਸਕਨੇ ਹੋ ਅੱਜ ਕੱਲ ਇੰਟਰਨੈਟ ਦਾ ਦੌਰ ਆ ਹਰ ਬੰਦਾ ਜਿਹੜਾ ਨਾ ਇੱਕ ਮਤਲਬ ਇਸ ਚੀਜ਼ ਕੀ ਸਮਝ ਰੱਖਣਾ ਹੈ ਔਰ ਤੁਸੀਂ ਇੰਟਰਨੈਟ ਉਪਰ ਸਰਚ ਕਰੋ ਤਾਂ ਸਹੀ ਪਤਾ ਚੱਲੀ ਜਾਸੀ ਕਿ ਕੇਬੀਡੀ ਬਿਲਡਰ ਜਿਹੜੇ ਨਾ ਕਿੰਨੇ ਕ੍ਰੈਡੀਬਲ ਬਿਲਡਰ ਹੈ ਇਸ ਤੋਂ ਪਹਿਲੇ ਪਹਿਲੇ ਨਾ ਕੈਪੀਟਲ ਬਿਲਡਰਸ ਵਾਲਿਆਂ ਦਾ ਜ਼ਰਕੂਨ ਆਈਟਸ ਇਸ ਨਾਲ ਨਾਲ ਜਨਾਬ ਤੁਸੀਂ ਨੇ ਮਿਡਵੇ ਸੈਂਟਰ ਜਿਹੜਾ ਮਰੀ ਰੋਡ ਉਪਰ ਵਾਕਿਆ ਹੈ ਜੀ ਉਸਨੇ ਨਾਲ ਹੋਰ ਹੀ ਬਹੁਤ سارے ਨਾਮੀ ਗ੍ਰਾਮੀ ਪ੍ਰੋਜੈਕਟਸ ਨੂੰ ਕੰਪਲੀਟ ਕੀਤੇ ਹੋਏ ਦਸਰਾ ਮਕਸਦ ਇਹਵਾ ਕਿ ਕਿ ਇਸ ਤਰ੍ਹਾਂ ਦੇ ਬਿਲਡਰਸ ਜਿਹੜਾ ਕਿਉਂਕਿ ਇਹਨਾਂ ਨੇ ਕੁਝ ਇਸ ਤਰ੍ਹਾਂ ਦੇ ਅچھے ਪ੍ਰੋਜੈਕਟ ਡਿਵਲ ਕੀਤੇ ਹੋਏ ਔਰ ਜਿਹੜੀ ਇਹ ਕਮਿਟਮੈਂਟ ਕਰਨੇ ਇਹਨਾਂ ਦਾ ਫਿਊਚਰ ਰਿਕਾਰਡ ਆ ਇਹਨਾਂ ਨੇ ਗੁੱਡ ਵਿਲਲੀ ਕਿ ਜਿਹੜੀ ਇਹ ਕਮਿਟਮੈਂਟ ਕਰਨੇ ਉਹ ਟਾਈਮ ਅਪਰ ਪੂਰੀ ਕਰਨੇ ਜੀ ਔਰ ਇਨਸ਼ਾਅੱਲਾ ਇਹ ਜਿਹੜਾ ਕੇਬੀਡੀ ਟਾਵਰ ਹੈ ਬਣਾਣੇ ਪੇ ਇਹ ਵੀ ਵਿਦ ਟਾਈਮ ਕੰਪਲੀਟ ਕਰਸਣ ਔਰ ਡਿਲੀਵਰ ਕਰਸਣ ਔਰ ਐਂਡ ਯੂਜ਼ਰ ਕੀ ਬੈਨੀਫਿਟ ਪ੍ਰੋਵਾਈਡ ਕਰਸਣ ਜੀ ਅਗਰ ਮੈਂ ਤੁਸਾਂ ਨੂੰ ਕੇਬੀਡੀ ਟਾਵਰ ਨੇ ਐਨਓਸੀ ਨੇ ਬਾਰੇ ਜਨਫਰਮੇਸ਼ਨ ਦੇਣਾ ਦਹਾਂ ਤਾਂ ਕੇਬੀਡੀ ਟਾਵਰ ਜਿਹੜਾ ਜਿਹੜੀ ਕਿ ਆਰਡੀਐਸੂ ਟੋਟਲ ਅਪਰੂਵਡ ਸੋਸਾਇਟੀ ਹੈ ਉਹਨਾਂ ਨਾਲ ਕਿਸੇ ਕਿਸਮ ਦਾ ਜਨਾਬ ਲੀਗਲ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਆਰਡੀਆ ਉਹਨਾਂ ਕੀ ਅਪਰੂਵਲ ਦਿੱਤਾ ਵਾ ਜੀ ਔਰ ਉਹਨਾਂ ਦਾ ਜਿਹੜਾ ਐਨਓਸੀ ਹੈ ਉਹ ਅਪਰੂਵਡ ਹੋ ਚੁਕਿਆ ਇਸ ਵਜ੍ਹਾ ਸੂ ਜਿਹੜਾ ਕੇਬੀਡੀ ਟਾਵਰ ਹੈ 18 ਦੇ ਅੰਦਰ ਡੈਕੋਰੇਜ ਬੰਨਾ ਪਿਆ ਤੇ ਡੈਕੋਰ ਔਰ 18 ਵੀ ਜੈ ਅਪਰੂਵਲ ਦੀ ਅਪਰੂਵਡ ਸੋਸਾਇਟੀ ਹੈ ਕੇਬੀਡੀ ਟਾਵਰ ਜਿਹੜਾ ਉਹ ਵੀ ਅਪਰੂਵਡ ਪ੍ਰੋਜੈਕਟ ਆ ਜੀ ਟੋਟਲ ਇੱਕ ਲੀਗਲ ਔਰ ਜੈਨੂਇਨ ਪ੍ਰੋਜੈਕਟ ਆ ਉਹਨਾਂ ਨੇ ਜਨਾਬ ਕਿਸੇ ਕਿਸਮ ਨਹੀਂ ਲੀਗਲ ਅਲੀਗੇਸ਼ਨ ਨਹੀਂ ਹੈ ਜੀ ਔਰ ਕਿਸੇ ਕਿਸਮ ਨਾ ਆਬਜੈਕਸ਼ਨ ਹੁਣਾ ਪਰ ਨਹੀਂ ਇੱਕ ਟੋਟਲ ਲੀਗਲ ਔਰ ਅਪਰੂਵਡ ਕਿਸਮ ਦਾ ਪ੍ਰੋਜੈਕਟ ਬੰਨਾ ਪਿਆ ਜੀ ਤਾਂ ਤੁਸੀਂ ਕੀ ਜੜਾ ਨਾ ਵੈਸੇ ਸਾਰਾ ਵੀ ਕਮਾਟੋ ਆ ਕੇ ਅਸਾਂ ਸਿਰਫ ਉਹਨਾਂ ਪ੍ਰੋਜੈਕਟ ਨਹੀਂ ਪ੍ਰੋਮੋਸ਼ਨ ਕਰਨੇ ਆ ਜਿਹੜੇ ਜਿਹੜੇ ਕਿ ਅਪਰੂਵਡ ਹੋਣ ਲੀਗਲ ਹੋਣ ਔਰ ਜਿਨ੍ਹਾਂ ਜਿਨ੍ਹਾਂ ਦੀ ਵਜ੍ਹਾ ਸੂ ਜਿਹੜੇ ਸਾਡੇ ਕਲਾਇੰਟਸ ਨੇ ਜਿਹੜੇ ਸਾਡੇ ਕਸਟਮਰਸ ਨੇ ਉਨ੍ਹਾਂ ਕੀ ਬੈਨੀਫਿਟ ਵਾਏ ਅਗਰ ਮੈਂ ਤੁਹਾਨੂੰ ਕੇਬੀਡੀ ਟਾਵਰ ਨੇ ਪ੍ਰਾਈਸ ਲੈਣੇ ਬਾਰੇ ਦੱਸਾਂ ਜੀ ਕੇਬੀਡੀ ਟਾਵਰ ਜਿਹੜਾ ਗਰਾਉਂਡ ਫਲੋਰ ਹੈ ਜਿੱਥੇ ਕਮਰਸ਼ੀਅਲ ਐਕਟੀਵਿਟੀਆਂ ਜਾਂ ਕਮਰਸ਼ੀਅਲ ਸ਼ਾਪਸ ਜਾਂ ਕਮਰਸ਼ੀਅਲ ਸਪੇਸਿਸ ਜਾਂ ਉਹ ਤੁਸਾਂ ਕੀ 55000 ਪਰ ਸਕੁਅਰ ਫੁੱਟ ਨੇ ਹਿਸਾਬ ਨਾਲ ਮਿਲ ਸਕਦੀ ਹੈ ਜੀ ਇਸਨੇ ਨਾਲ ਨਾਲ ਜਿਹੜਾ ਫਲੋਰ 1 ਤੋਂ ਲੈ ਕੇ ਫਲੋਰ 4 ਤੱਕ ਫਲੋਰ ਜਿਤਨੇ ਵੀ ਹੈ ਉਹ ਪਰ ਸਕੁਅਰ ਫੀਟ ਜਿਹੜਾ ਤੁਸਾਂ 28000 ਨਾਲ ਮਿਲ ਸਕਣਾ ਜੀ ਇਸ ਨੇ ਨਾਲ ਜਿਹੜਾ ਫਲੋਰ ਨੰਬਰ 5 ਤੋਂ ਲੈ ਕੇ ਫਲੋਰ ਨੰਬਰ 9 ਤੱਕ ਜਿਹੜੀ ਆਫਿਸ ਸਪੈਸਿਸ ਜਿਹੜੀਆਂ ਆ ਉਹ ਤੁਸਾਂ ਕੀ 34000 ਪਰ ਸਕਰ ਫੀਟ ਦੇ ਹਿਸਾਬ ਨਾਲ ਮਿਲ ਸਕੀਆਂ ਜੀ ਜਿਹੜੇ ਟਾਪ ਮੋਰਸ ਜਿਹੜੇ ਫਲੋਰਸ ਅਫਤਿਦ ਉਹ ਮਹੰਗੇ ਇਸ وجہ ਸੂਏ ਉਹਨਾਂ ਰੇਟ ਹਾਈ ਇਸ وجہ ਹੋਆ ਕਿ ਇਹਨਾਂ ਟੋਟਲ ਇੰਟਰਨੈਸ਼ਨਲ ਸਟੈਂਡਰਡ ਕੀ ਫਾਲੋ ਕੀਤਾ ਵਾ ਔਰ ਅਪਰ ਜਿਹੜੇ ਜਿਤਨੇ ਵੀ ਟਾਪ ਨੇ ਫਲੋਰ ਹੈ ਵਾ ਉਥਾਨਾ ਜਿਹੜਾ ਵਿਊ ਆ ਇੰਤਾਈ ਲਸ਼ਕ ਗ੍ਰੀਨ ਕਿਸਮ ਦਾ ਵਿਊ ਆ ਜੀ ਕਿ ਹਰ ਤਰਫ ਨਾਲ ਵਿਊ ਬੜਾ ਜ਼ਬਰਦਸਤ ਆ ਔਰ ਤੁਸਾਨੀ ਵਰਕਿੰਗ এনवायरमेंट ਬੜੀ ਬੇਤਨ ਬਣੀ ਸਕਣੀ ਔਰ ਇੰਟਰਨੈਸ਼ਨਲ ਸਟੈਂਡਰਡ ਵੀ ਆ ਕਿ ਜਿੰਨੀ ਹਾਈ ਟਾਪਰ ਤੁਸਾਂ ਕੀ ਉਹ ਚੀਜ਼ ਕਿੰਨੀ ਹੋਣੀ ਤਾਂ ਉਹ ਜਿਹੜਾ ਨਾ ਤੁਸਾਨੀ ਉਸਦੀ ਪ੍ਰਾਈਸ ਜ਼ਿਆਦਾ ਹੋਣੀ ਤੇ ਇਹ ਮਤਲਬ ਜਿਹੜੇ ਇਸ ਨਾਲ ਫਲੋਰ ਨੰਬਰ 5 ਸੇ ਲੈ ਕੇ ਫਲੋਰ ਨੰਬਰ 9 ਤੱਕ ਜਿਹੜੇ ਉੱਥੇ 34000 ਪਰ ਸਕੁਅਰ ਫੁੱਟ ਨੇ ਹਿਸਾਬ ਨਾਲ ਤੁਸੀਂ ਕੀ ਮਿਲੀ ਸਕਣੇ ਜੀ ਤੇ ਇਸ ਵਿੱਚ ਸਭ ਤੋਂ ਜ਼ਿਆਦਾ ਮਜ਼ੇ ਦੀ ਗੱਲ ਹੈ ਕਿ ਤੁਸੀਂ ਟੋਟਲ 15% ਐਡਵਾਂਸ ਜਿਹੜੀ ਪੇਮੈਂਟ ਦਿਓ ਠੀਕ ਹੈ ਬਾਕੀ ਜਿਹੜੀ ਰਿਮੇਨਿੰਗ ਅਮਾਉਂਟ ਜਿਹੜੀ ਹੈ 4 ਸਾਲ ਨਹੀਂ ਕੁਆਰਟਰਲੀ ਇਨਸਟਾਲਮੈਂਟ 16 ਕੁਆਰਟਰਲੀ ਇਨਸਟਾਲਮੈਂਟਸ ਹੋਸਣ ਜੀ ਉਹਨਾਂ ਤੁਸੀਂ ਜਮਾ ਕਰਾਈ ਸਕਣੇ ਹੋ ਔਰ 4 ਸਾਲ ਨਾ 4 ਯਰ ਨਾ ਇੱਕ ਇੰਤਾਈ ਆਸਾਨ ਕਿਸਮ ਦਾ ਪੇਮੈਂਟ ਪਲਾਨ ਸਕੈਜੂਲ ਕੀਤਾ ਜੀ ਕੇਬੀਡੀ ਬਿਲਡਰਸ ਵਾਲਿਆਂ ਜਿਹੜਾ ਕਿ ਹਰ ਬੰਦੇ ਮਾਰੇ ਉਹ ਜਿਹੜੇ ਬਿਜ਼ਨਸ ਰਿਲੇਟਡ ਲੋਕ ਹੈ ਜਿਹੜਾ ਆਪਣਾ ਆਫਿਸ ਸੈੱਟ ਕਰਨਾ ਹੈ ਉਹਨਾਂ ਮਾਰੇ ਸੂਟੇਬਲ ਵੀ ਆ ਉਹਨਾਂ ਮਾਰੇ ਅਫੋਰਡੇਬਲ ਵੀ ਆ ਜੀ ਅਗਰ ਮੈਂ ਸੇ ਕੇਬੀਡੀ ਟਾਵਰ ਨੇ ਡਿਵੈਲਪਮੈਂਟ ਸਟੇਟਸ ਦੇ ਬਾਰੇ ਦੱਸਾਂ ਜੀ ਤੇ ਡਿਵੈਲਪਮੈਂਟ ਦਾ ਜਿਹੜਾ ਕੰਮ ਹੈ ਕੇਬੀਡੀ ਟਾਵਰ ਨਾਲ ਉਹ ਬੜਾ ਤੇਜ਼ੀ ਨਾਲ ਔਰ ਪੇਸ ਨਾਲ ਜਾਰੀ ਆ ਜੀ इसने खुदाई ने काम स्टार्ट चुक हुआ जी और बेस बनाने जी तो और इन्हें कमिट कि दो हजार चौबीस अंदर अंदर कंप्लीट जो प्रोडक्ट डिलीवर कर सी उस मोटो की उस मिशन की और उस विजन की माइंड रखी था है उन्हें जनाब अपनी सारी मशीनरी केबीडी बिल्डर लिया इसने पर लाई भी और इन प्राइम फोकस ये कि टारगेट टाइम उस प्रोजेक्ट की डिलीवर कराँ जी अगर मैं इसने बुकिंग डिटेल बारे दस जी अगर तरह ऑफिस बुक करवाना चाहे हो ਤੁਸਾਂ ਕੀ ਸਭ ਤੋਂ ਪਹਿਲੇ ਚਾਹੀਦਾ ਹੋਸੀ ਜਨਾਬ 15% ਐਡਵਾਂਸ ਪੇਮੈਂਟ ਠੀਕ ਹੈ ਉਸਨੇ ਨਾਲ ਨਾਲ ਤੁਸਾਂ ਕੀ ਜਨਾਬ ਨੋਮੀਨੀ ਨਾਲ ਜਿਹੜਾ ਸੋਰੀ ਜਿਹੜਾ ਐਪਲੀਕੈਂਟ ਆ ਉਸਨੇ ਇੱਕ ਪਿਕਚਰ ਚਾਹੀਦੀ ਹੋਸੀ ਜੀ ਉਸਨੇ ਨਾਲ ਆਈਡੀ ਕਾਰਡ ਚਾਹੀਦਾ ਹੋਸੀ ਜਾਂ ਪਾਸਪੋਰਟ ਚਾਹੀਦਾ ਹੋਸੀ ਜੀ ਉਸਨੇ ਨਾਲ ਨਾਲ ਉਸਨੇ ਜਿਹੜਾ ਨੋਮੀਨੀ ਆ उसने आईडी कार्ड और उसने पासपोर्ट की कॉपी चाहिए उसकी उसने नॉमिनी पिक्चर चाहिए उससी और उसने नाल ना बुकिंग फॉर्म चाहिए ना जड़ा के सारे ऑफिस में मौजूद है असी फिल कर कर सिल करी असं केबीडी बिल्डर्स ने ऑफिस सबमिट करवा जड़ी कि सी जिम्मेदारी है ठीक है अगेन अगर तुसा अपना ऑफिस बुक करवाना चाहिए हो तो सारे थला सक दिए गए नंबर इसने नाम नाल अगर किसी भी तरह की इंफॉर्मेस चाहिए केवीडी टॉवर ने रिलटिडे थे दे गए नंबर पर विजिट सारे दिते के नंबर पर बिला जिक कॉल करो अं तक क्यूरियर एंटरटेन करने खुशी फील करसा इसने ना ना यूट्यूब चैनल सब्सक्राइब करो तो लेटेस्ट अपडेट मिलनी रही उसने ना तुसान तुसान तासे 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 ना सी वेबसाइट पर प्रेजेंस डब्ल्यू 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 डॉट अमानत डॉट कॉम उत कॉन्टेक्ट करी सेसबुक पर अमान डॉट कॉम नाल पेज आ स इंस्टाग्राम पर लिंकड इन पर ट्वीटर पर, पर हर जगह प्रेजेंस मौजूद मौजूद जी किसा भी चैनल नाल भी चैनल ने थ्रू अन्टेक्ट करी ਜਿਹੜਾ ਤੁਸਾਂ ਨੇ ਕਿਵੇਂ ਐਂਟਰਟੇਨ ਕਰਨਾ ਔਰ ਤੁਸਾਂ ਨੇ ਸਵਾਲਾਂ ਦਾ ਜਵਾਬ ਦੇਣਾ ਦੇਣੇ ਵਿੱਚ ਖੁਸ਼ੀ ਮਹਿਸੂਸ ਕਰਦਾ ਹਾਂ ਜੀ ਔਰ ਅਸਾਂ ਕੰਸਲਟੇਸ਼ਨ ਜਿਹੜੀ ਪ੍ਰੋਵਾਈਡ ਕਰਨੇ ਹੋ ਵੈਸੇ ਵੀ ਫ੍ਰੀ ਆਫ ਕਾਸਟ ਹੋਣੀ ਕਿਉਂਕਿ ਅਸਾਂ ਨਾ ਜਣਾ ਜ ਮਾਟੋ ਆ ਠੀਕ ਹੈ ਔਰ ਸਾਨੂੰ ਜਿਹੜਾ ਸਲੋਗਨ ਆ ਕਿ مشورہ امانت ਆ ਅਸਾਂ ਉਸਨੇ ਅਮਲ ਪਹਰਾਇਆ ਜੀ ਤਾਂ ਅਗੇਨ ਅਗਲੇ ਵੀਡੀਓ ਵਿੱਚ ਇੱਕ ਨਏ ਸੈਗਮੈਂਟ ਨਾਲ ਇੱਕ ਨਏ ਪ੍ਰੋਜੈਕਟ ਨੇ ਬਾਰੇ ਇਨਫੋਰਮੇਸ਼ਨ ਕਿ ਨਹੀਂ ਹਾਜ਼ਰ ਹੋ ਸਾਂਜੀ ਤਬ ਤੱਕ ਇਜਾਜ਼ਤ ਦਿਓ ਅੱਲਾ ਹਾਫਿਜ਼ ਅਮਾਨਤ.com ਪਾਕਿਸਤਾਨਸ ਫਰਸਟ ਇਨਵੈਸਟਮੈਂਟ ਪੋਰਟਲ مشورہ امانت ہے